ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਵਾਰਨ ਫੈਮਿਲੀ ਵਲੌਗਸ ਵਿੱਚ। ਹੋਰ ਸੁਣਾਓ ਜੀ, ਸਾਰੇ ਕਿਵੇਂ ਹੋ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ, ਰਾਜੀ ਖੁਸ਼ੀ ਹੋਵੋਗੇ। ਅੱਜ ਦਿਨ ਹੈਗਾ ਜੀ ਵੀਰਵਾਰ ਦਾ, ਬੱਚੇ ਸਕੂਲ ਜਾ ਰਹੇ ਨੇ, ਐਗਜ਼ਾਮ ਅੱਜ ਉਹਨਾਂ ਦਾ ਕੰਪਿਊਟਰ ਦਾ, ਅੱਜ ਉਹਨਾਂ ਨੇ ਜਲਦੀ ਆਉਣਾ ਸਾਰੇ ਬੱਚਿਆਂ ਨੇ। ਅਤੇ ਆਪਾਂ ਸਿਰ ਨਾਲ ਆਏ ਹੋਏ ਹਾਂ ਜੀ, ਜਲਦੀ ਨਾ ਲਿਖ ਲਈ ਸਿਰ ਸੁਰ ਦਿਨ 'ਚ, ਫਿਰ ਉਹਨਾਂ ਪਤਾ ਨਹੀਂ ਕਿਆ ਹੋ ਗਿਆ, ਅੱਜ ਬੱਦਲ ਬਹੁਤ ਜ਼ਿਆਦਾ ਆਏ। ਹੁਣ ਫਿਰ ਅੱਜ ਇੰਨਾ ਬੱਦਲ ਆ, ਇੱਥੇ ਜੀ ਆਪਾਂ ਭਾਂਡਿਆਂ ਨੂੰ ਧੋ ਕਰ ਕਰਨੀ ਹੈ ਸ਼ੁਰੂ। ਪਤਾ ਨਹੀਂ ਕਿਹੜਾ ਮੌਸਮ, ਹਜੇ ਪਤਾ ਨਹੀਂ ਤਾਂ ਮੀਂਹ ਦੱਸਿਆ ਹੋਇਆ, ਹੋਰ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਅੱਜ ਇੰਨਾ ਜ਼ਿਆਦਾ ਬੱਦਲ ਆ, ਮੇਰੇ ਕੱਪੜਿਆਂ ਦਾ ਗਰਾ ਲੱਗਿਆ ਪਿਆ। ਮੈਂ ਕਿਹਾ ਆਹ ਕੰਮ ਕਰਕੇ 10 ਵੱਜ ਗਏ, ਤੁਹਾਨੂੰ ਸੱਚ ਦੱਸਾਂ, ਕਿਉਂਕਿ ਸਾਇਦ ਪਾਪਾ ਹੁਣ ਗਏ ਨੇ, ਕੰਮ ਮੇਰੇ ਸਾਰੇ ਪਏ ਨੇ ਹਜੇ। ਐਵੇਂ ਮੈਂ ਤੁਹਾਨੂੰ ਕਹਿ ਦੂੰਗਾ ਝਾੜੂ ਪੋਚਾ ਲਾ ਲਿਆ ਗਾ, ਹੈ ਨਾ? ਨਹੀਂ ਜੀ, ਮੈਂ ਸ਼ੁਰੂਆਤ ਰੋਟੀ ਖਾ ਕੇ, ਹੁਣ ਸਾਇਦ ਪਾਪਾ ਗਏ ਨੇ, ਮੈਂ ਨਾਲੇ ਰੋਟੀ ਖਾ ਲਈ, ਬੱਚਿਆਂ ਨੂੰ ਤੋਰ ਕੇ ਬਹਿ ਵੀ ਸੌ ਗਈ ਸੀਗੀ, ਨੀਂਦ ਆਉਂਦੀ ਆ ਹੁਣ ਬਹੁਤ ਅੱਜ ਕੱਲ੍ਹ, ਪਤਾ ਨਹੀਂ ਕੀ ਹੋ ਗਿਆ, ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ। ਬਾਕੀ ਤੁਸੀਂ ਸੁਣਾਓ ਜੀ, ਕਿਵੇਂ ਹੋ ਸਾਰੇ? ਮੌਸਮ ਮੂਸਮ ਕਿਵੇਂ ਆ ਤੁਹਾਡੇ ਵੱਲ? ਸਾਡਾ ਜੀ ਮੌਸਮ ਖਰਾਬ ਹੈ ਪੂਰਾ, ਦੇਖਦੀ ਹਾਂ ਮੈਂ ਥੋੜ੍ਹੇ ਜਿਹੇ ਕੱਪੜੇ ਪੂਰੇ ਪਾਉਣ ਆਏ ਹਾਂ ਨਾ, ਜ਼ਿਆਦਾ ਨਹੀਂ ਧੋਂਦੇ ਹੈਗੇ, ਥੋੜ੍ਹੇ ਜਿਹੇ ਧੋ ਲੈਂਦੀ ਹਾਂ ਜਿੰਨੇ ਕੁ ਸਟੈਂਡ 'ਤੇ ਆਉਣਗੇ, ਕਿਉਂਕਿ ਫਿਰ ਮੈਨੂੰ ਔਖਾ ਨਹੀਂ ਹੋਊਗਾ, ਮੈਂ ਅੰਦਰ ਸਟੈਂਡ ਅੰਦਰ ਕਰਕੇ ਰੱਖ ਲੂੰਗੀ। ਪਰ ਬੱਚਿਆਂ ਨੇ ਖਿੱਚ ਜਾਣਾ, ਉਹਨਾਂ ਨੇ ਕਿਹੜਾ ਮੰਮਾ ਤੁਸੀਂ ਹਜੇ ਤੱਕ ਕੰਮ ਨਹੀਂ ਕੀਤਾ ਹੈਗਾ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਜਲਦੀ ਆਏ ਹਨ। ਅਭੀ ਨੂੰ ਆਏ ਹੁੰਦਾ ਸੀ, ਮੰਮਾ ਮੇਰੇ ਵਾਲੇ ਨਾ ਵਿਹਲੇ ਹੋਣੇ ਚਾਹੀਦੇ, ਬਸ ਮੇਰੇ ਕੋਲ ਬੈਠੇ ਹੋਣੇ ਚਾਹੀਦੇ ਆ। ਅਭੀ ਉਦੋਂ ਇਹ ਚੀਜ਼ ਆ, ਹੁਣ ਸ਼ੁਰੂ ਤੋਂ ਹੀ ਆ ਵੀ ਕੰਮ ਨਾ ਕਰਦੇ ਹੋਣ, ਬਸ ਸ਼ੁਰੂ ਤੋਂ, ਜਦ ਵੀ ਸਕੂਲ ਤੋਂ ਆਉਂਦਾ ਉਹ ਇਹ ਹੁੰਦਾ ਬਸ ਵੀ ਮੰਮਾ ਵਿਹਲੇ ਹੋਣ, ਬਸ ਮੈਂ ਜਾ ਕੇ ਮੰਮਾ ਦੇ ਬਸ ਮੇਰੇ ਕੋਲ ਬਹਿ ਜਾਣਾ। ਹੁਣ ਦੇਖਿਆ ਜਦ ਉਹਨੇ ਆਉਣਾ, ਮੈਂ ਉਹਨੂੰ ਕਹਿ ਦੇਣਾ ਵੀ ਤੂੰ ਆਪਣਾ ਪੈ ਜਾਣਾ ਤਾਂ ਰੈਸਟ ਕਰ ਲਾ, ਵੀ ਮੈਂ ਕੱਪੜੇ ਧੋ ਲਵਾਂ। ਉਹਨੇ ਵਾਰ ਵਾਰ ਪੁੱਛੀ ਜਾਣਾ ਵੀ ਮੰਮਾ ਤੁਸੀਂ ਕਿੰਨਾ ਕੁ ਟਾਈਮ ਲੱਗੂ, ਕਿੰਨਾ ਕੁ ਟਾਈਮ ਲੱਗੂ ਤੁਹਾਨੂੰ। ਕਿਹੜਾ ਕਿਹੜਾ ਬੱਚੇ ਇੱਦਾਂ ਕਰਦੇ ਨੇ, ਮੇਰਾ ਅਭਿਜੋਤ ਕਰਦਾ ਸਹਿਜ ਨਹੀਂ ਸੀ ਇੱਕ ਕਰਦੇ, ਅਭੀ ਨੂੰ ਹੈਗਾ ਬਸ ਵੀ ਮੰਮਾ ਵਿਹਲੇ ਹੋਣੇ ਚਾਹੀਦੇ ਆ, ਬਸ ਜਾਣ ਮੇਰੇ ਨਾਲ ਆ ਕੇ ਪੈ ਜਾਓ ਬਸ। ਹਾਂਜੀ, ਬੱਦਲ ਬਹੁਤ ਜ਼ਿਆਦਾ ਚੜ੍ਹ ਕੇ ਆ ਗਿਆ, ਜੋ ਕੱਪੜੇ ਧੋਣ ਵੀ ਦੇ ਦੇ, ਕੱਪੜੇ ਧੋਏ ਬਿਨਾਂ ਸਰਨਾ ਵੀ ਹੈ ਨਹੀਂ, ਮੈਂ ਗੱਲ ਵੀ ਨਹੀਂ ਧੋਏ ਕੱਲ੍ਹ, ਬਸ ਮੈਂ ਹੀ ਘੋਲ ਕਰਕੇ ਨਾ ਚੱਲ ਕੱਲ੍ਹ ਨੂੰ ਧੋ ਲੂੰਗੀ। ਇੱਕ ਤਾਂ ਦਿਨ ਇੰਨੇ ਗੰਦੇ ਜਿਹੇ ਆਏ ਪਏ ਨੇ ਹੁਣ, ਮੇਰੇ ਵਾਲਾਂ ਦਾ ਹੇਠ ਕਲਰ ਕਿੰਨਾ ਅਗੜਾ ਦੁਗੜਾ ਜਿਹਾ ਹੋ ਗਿਆ, ਨੀਚੇ ਚਲੇ ਗਿਆ, ਨਹੀਂ ਆਹ ਚੀਜ਼ ਉਰੇ ਆਉਂਦੀ ਸੀ ਉਰੇ ਆਏ, ਇਹ ਹੁਣ ਨੀਚੇ ਚਲੇ ਗਏ, ਇਹਦਾ ਮਤਲਬ ਵਾਲ ਵੱਧਦੇ ਨੇ, ਲੰਬੇ ਹੋ ਗਏ, ਪਰ ਕੱਟ ਕੇ ਮੇਰਾ ਜਲੂਸ ਕਰਤਾ ਵਾਲਾਂ ਦਾ, ਕਟਿੰਗ ਗੰਦੀ ਕਰਤੀ ਉਹਨਾਂ ਨੇ। ਫਰੈਂਡਸ, ਕੱਪੜੇ ਆਪਾਂ ਮਸ਼ੀਨ 'ਚ ਪਾ ਲਏ ਜੀ, ਬਸ ਧੋਣ ਵਾਲੀ ਨੇ,
ਉੱਧਰ ਆਪਾਂ ਮਿੱਠੂ ਨਹੀਂ ਵੀ ਆਪਣੇ ਨਾਲ ਆ ਲਓ, ਕਿਉਂਕਿ ਧੁੱਪ ਸੋਹਣੀ ਨਿਕਲ ਗਈ। ਪਹਿਲਾਂ ਧੁੱਪ ਨਹੀਂ ਸੀਗੀ, ਮੇਰੇ ਵਾਲ ਵੀ ਸੁੱਕ ਗਏ, ਮੇਰਾ ਕਲੱਚਰ ਪਤਾ ਨਹੀਂ ਸਹਿਜ ਜੀ ਇੱਥੇ ਰੱਖ ਗਈ ਹੈ। ਅੰਦਰ ਵੀ ਆਪਾਂ ਕੰਮ ਕਾਰ ਆਪਣੇ ਨਿਬੇੜ ਲਏ, ਝਾੜੂ ਪੋਚਾ ਲਗਾਏ ਹੋਏ। ਟਾਈਮ ਹੋ ਗਿਆ 11 ਦਾ ਹੋ ਗਿਆ। ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਨਾ ਵੀ ਅੱਜ ਮੈਂ ਲੇਟ ਸੀਗੀ, ਪਰ ਵਧੀਆ ਕੰਮ ਹੋ ਗਿਆ, ਟਾਈਮ ਨਾਲ ਸਹੀ ਹੋ ਗਿਆ। ਬਸ ਕੱਪੜੇ ਰਹਿ ਗਏ, ਬਾਬਾ ਬੇਟ ਧੋਣ ਤੋਂ ਰਹਿ ਗਿਆ, ਤੁਹਾਨੂੰ ਪਾਣੀ ਮਾਰ ਦੇਣਾ ਬੇੜੇ ਦੇ ਵਿੱਚ। ਕੰਮ ਕਾਰ ਆਪਣੇ ਨਿਬੜ ਚੁੱਕੇ ਨੇ, ਕਿਚਨ ਵਗੈਰਾ, ਇਹ ਆਪਣਾ ਸਟੈਂਡ, ਅਮਰੂਦ ਪਏ ਨੇ, ਉਹ ਪਏ ਨੇ ਅਮਰੂਦ, ਅਤੇ ਸਾਰਾ ਹੋ ਗਿਆ ਆਪਣਾ, ਨਿਬੜ ਗਿਆ। ਇੱਧਰੋਂ ਵੀ ਆਪਣਾ ਬੈਡਰੂਮ ਵੀ ਸਾਰਾ ਹੋਇਆ ਹੋਇਆ, ਨਾ ਦੂਜਾ ਬੈਡਰੂਮ, ਇੱਧਰ ਆਪਾਂ ਜਿਹੜਾ ਡੇਲੀ ਯੂਜ ਕਰਦੇ ਹਾਂ ਆਪਣਾ ਬੈਡਰੂਮ, ਜਿੱਥੇ ਆਪਾਂ ਹਰ ਟਾਈਮ ਤੁਹਾਨੂੰ ਦਿਖਦੇ ਹਾਂ, ਹੈ ਨਾ। ਅਤੇ ਸਟੋਰ ਵਗੈਰਾ ਦੀ ਵੀ ਆਪਾਂ ਕਲੀਨਿੰਗ ਕਰਨੀ ਆ, ਦੇਖੋ ਨਿਆਣਾ ਨੇ ਮਸ਼ੀਨ ਦੇ ਉੱਤੇ ਸ਼ਾਇਦ ਪ੍ਰੀਤ ਨੇ ਰੱਖਿਆ, ਪਤਾ ਨਹੀਂ ਕੀ ਕੱਪੜੇ ਕੁੱਪੜੇ 'ਚ, ਅਤੇ ਉਹ ਅਲਮਾਰੀ ਵੀ ਮੇਰੀ ਸੈੱਟ ਕਰਨੀ ਆ, ਪੇਟੀ ਪਰ ਸਾਰਾ ਹਲੇ ਕਰੂੰਗੀ, ਇਹਨੂੰ ਵੀ ਝਾੜੂੰਗੀ ਹੁਣ। ਅਲਮਾਰੀ 'ਚ ਸਾਰੇ ਕੱਪੜੇ ਕੱਢਣੇ ਨੇ ਮੈਂ, ਜਿੰਨੇ ਵੀ ਮੇਰੇ ਸੂਟ ਨੇ, ਹੈ ਨਾ, ਇੱਕ ਵਾਰ ਪਾ ਕੇ ਰੱਖੇ ਹੋਏ ਜਿੰਨੇ ਵੀ ਸੂਟ ਨੇ ਮੇਰੇ, ਸਾਰੇ ਹੈ ਨਾ ਕੱਢਣੇ ਵਾਲੇ ਨੇ, ਅਤੇ ਉਹ ਮੈਂ ਕੱਢ ਕੇ ਸਾਰਿਆਂ ਨੂੰ ਨਾ ਇੱਕ ਵਾਰ ਫਿਰ ਦੀਵਾਰ ਤੋਂ ਚੰਗੀ ਤਰ੍ਹਾਂ ਤੇਹਾ ਲਾ ਕੇ, ਨਾਲ ਤਾਂ ਕੱਪੜਿਆਂ ਨੂੰ ਹਵਾ ਜੀ ਲੱਗ ਜੂਗੀ। ਪੱਖਾ ਚਲਾਇਆ ਹੋਇਆ ਕਿਉਂਕਿ ਪੋਚਾ ਜਲਦੀ ਸੁੱਕ ਜਾਂਦਾ ਹੈ। ਅਤੇ ਬਸ ਜੀ, ਹੁਣ ਥੋੜ੍ਹਾ ਕੁ ਟਾਈਮ, ਬੱਚੇ ਆਉਣੇ ਵਾਲੇ ਹੀ ਨੇ ਅੱਜ, ਹਜੇ ਤੱਕ ਆਏ ਨਹੀਂ, ਵੈਸੇ ਆ ਜਾਣੇ ਚਾਹੀਦੇ ਸੀਗੇ ਅਤੇ ਆਏ ਨਹੀਂ ਹੈਗੇ ਹਜੇ, ਅਤੇ ਆਪਾਂ ਬਸ ਹੁਣ ਕੱਪੜੇ ਕੱਢਾਂਗੇ ਮਸ਼ੀਨ ਦੇ ਵਿੱਚੋਂ, ਵਾਲ ਐਨ ਚੰਗੀ ਤਰ੍ਹਾਂ ਸੁੱਕ ਗਏ, ਅਤੇ ਕਈ ਦਿਨ ਹੋ ਗਏ ਸੀ ਨਹਾਈ ਨਹੀਂ ਸੀ ਹੋਇਆ, ਕਾਫੀ ਦਿਨ ਹੋ ਗਏ ਸੀਗੇ ਨਹਾ ਨਹੀਂ ਸੀ ਹੋਇਆ ਮੇਰੇ ਤੋਂ, ਫਿਰ ਸੰਡੇ ਵੀ ਲੰਘ ਗਿਆ ਸੀਗਾ, ਫਿਰ ਮੈਂ ਕਿਹਾ ਅੱਜ ਪਹਿਲਾਂ ਮੈਂ ਸਿਰ ਦੇ ਹੀ ਕੰਮ ਨਿਬੇੜਦੀ ਹਾਂ, ਕਿਉਂਕਿ ਫਿਰ ਕੰਮ ਕਰਕੇ ਆਏ ਹੋ ਜਾਂਦਾ, ਨੇਸਤੀ ਪੈ ਜਾਂਦੀ ਹੈ ਸਰੀਰ 'ਚ ਵੀ, ਬਸ ਸੋ ਜਾਓ ਆਏ ਹੋ ਜਾਂਦਾ। ਮਸ਼ੀਨ ਨੇ ਵੀ ਆਪਣਾ ਅਲਾਰਮ ਦੇ ਤਾ। ਚਲੋ ਜੀ, ਮੈਂ ਤੁਹਾਨੂੰ ਫਿਰ ਮਿਲਦੀ ਹਾਂ, ਮੈਂ ਕੱਪੜੇ ਕੱਢ ਮਤਲਬ ਕਿ ਹਜੇ ਨਹੀਂ, ਹਲੇ ਹੋਰ ਥੋੜ੍ਹੇ ਜਿਹੇ ਪਾਉਣੇ ਆ ਉਹ ਕੱਢ ਕੇ, ਫਿਰ ਮੈਂ ਤੁਹਾਨੂੰ ਮਿਲਦੀ ਹਾਂ। ਧੁੱਪ ਲਵਾਉਣੀ ਪੈਂਦੀ ਆ, ਲਵਾ ਦੂੰਗੇ।
ਚਾਟ ਮਸਾਲਾ ਪਾ ਲਿਓ ਤੁਸੀਂ ਚਾਟ ਮਸਾਲਾ ਉੱਪਰ ਪਾ ਦੇਣੀ
ਮਰਜੀ ਦਾ ਉਦਣ ਜੀ ਮੈਂ ਬਣਾਈ ਸੀ ਉਹ ਪਰ ਬਾਕੀ ਟੇਸਟੀ ਲੱਗਦਾ ਹੁੰਦਾ ਉਦਣ ਜੀ ਮੈਂ ਬਣਾਈ ਸੀ ਉਹ ਮੈਂ ਬਣਾਉਂਦੀ ਨਹੀਂ ਬਣਨੇ ਆ ਫਿਰ ਇਹ ਜਦੋਂ ਹੀ ਲੱਗਦਾ ਜਾਂ ਤਾਂ ਜੀ ਮੈਂ ਲੇਟ ਦਾ ਆਰੀ ਕਰ ਲਾ ਲੋ ਜੀ ਹੁਣ ਇਹਨਾਂ ਨੂੰ ਮੈਂ ਫਰੈਂਚ ਫਰਾਈ ਬਣਾ ਕੇ ਦੇ ਦੇਵਾਂ ਰੋਟੀ ਨੀ ਖਾਣੀ ਰੋਟੀ ਬਣਾ ਕੇ ਰੱਖਤੀ ਸੀਗੀ ਮੈਂ ਤਾਂ ਸਕੂਲ ਤੋਂ ਰੋਟੀ ਖਾਣਗੇ ਕੱਪੜੇ ਪਿੱਛੇ ਲੱਗ ਗਏ ਮਾਮਾ ਜੁੜੇ ਕੱਪੜੇ ਕੁੱਪੜੇ ਆਪਾਂ ਧੋ ਲਏ ਸਾਰੇ ਕੰਮ ਕਰ ਲਏ ਬਸ ਹੁਣ ਆਪਾਂ ਫਰੈਂਚ ਫਰਾਈ ਇਹਨਾਂ ਨੂੰ ਬਣਾ ਕੇ ਇਹਨਾਂ ਨੂੰ ਦੇ ਦੇਣੇ ਆ ਅੱਜ ਮੇਰੇ ਕੋਲ ਬੇਸਣ ਬੇਸਣ ਖਤਮ ਹੈ ਕਿਉਂਕਿ ਸੌਦੇ ਥੋੜ੍ਹੇ ਜਿਹੇ ਲਿਆਉਣੇ ਵਾਲੇ ਮੈਂ ਤਾਂ ਨਹੀਂ ਮੰਗਵਾਉਂਦੀ ਹੈਗੀ ਕਿਉਂਕਿ ਮੈਂ ਸਾਰਾ ਡੱਬੇ ਡਿੱਗੇ ਧੋਣੇ ਨੇ ਜੀ ਮੈਂ ਕੀ ਕਹਿੰਦੀ ਕਲੀਨਿੰਗ ਕਰ ਲਈ ਨਾ ਤਾਂ ਕਰਕੇ ਕੱਲ੍ਹ ਸ਼ਿਵਰਾਤਰੀ ਆ ਸਾਡੇ ਉਰੇ ਜੀ ਸ਼ਿਵਰਾਤਰੀ ਵੀ ਮਨਾਈ ਜਾਂਦੀ ਆ ਮੰਦਰ ਦੇ ਵਿੱਚ ਕਾਫੀ ਜ਼ਿਆਦਾ ਭਰਦੀ ਆ ਛੋਲੇ ਪੂਰੀਆਂ ਦਾ ਜੱਗ ਹੁੰਦਾ ਕਈ ਵਾਰ ਅਸੀਂ ਜਾਇਆ ਰਹਿੰਦੇ ਹਾਂ ਕਈ ਵਾਰ ਨਹੀਂ ਵੀ ਪਿਛਲੇ ਸਾਲ ਵੀ ਇਹੀ ਆਈ ਹੈ ਨਾ ਪਿਛਲੀ ਤੋਂ ਉਸ ਤੋਂ ਪਿਛਲੇ ਸਾਲ ਗਏ ਸੀਗੇ ਮਤਲਬ ਕਿ ਸਾਰਾ ਪਿੰਡ ਜਾਂਦਾ ਕੋਈ ਉਹ ਘਰ ਹੁੰਦਾ ਵੀ ਜਿਹੜਾ ਨਹੀਂ ਜਾਂਦਾ ਹੈਗਾ ਨਹੀਂ ਤਾਂ ਫਿਲਹਾਲ ਸਾਰੇ ਜਾਂਦੇ ਨੇ ਮੱਥਾ ਟੇਕਣ ਵਾਸਤੇ ਕਿਉਂਕਿ ਸਾਡੇ ਮੰਦਰ ਬਣਿਆ ਹੋਇਆ ਸ਼ਿਵ ਜੀ ਦਾ ਚਲੋ ਜੀ ਮੈਂ ਇਹਨਾਂ ਨੂੰ ਬਣਾ ਦੇਵਾਂ ਆਪਾਂ ਫਿਰ ਮਿਲਦੇ ਹਾਂ ਹਾਂਜੀ ਫਰੈਂਡ ਖਾ ਲਓ ਤੁਸੀਂ ਵੀ ਖਾ ਲਓ ਫਰੈਂਚ ਫਰਾਈਸ ਲਓ ਜੀ ਇਹ ਸਹਿਜ ਨੇ ਕੱਟੇ ਸੀਗੇ ਪਰ ਵਿਚਾਰੀ ਨੇ ਸਹਿਜੇ ਕੱਟੇ ਹੋ ਜੇ ਆਹ ਪਤਾ ਨਹੀਂ ਕੀ ਆ ਸਹਿਜ ਹਾਂ ਇਹ ਉੱਥੇ ਆਪਣੇ ਸਹਿਜ ਨਾ ਪਾ ਲਓ ਜੀ ਸੋਸ ਲਾ ਕੇ ਤੁਸੀਂ ਵੀ ਖਾ ਲਓ ਮੈਂ ਥੋੜ੍ਹਾ ਜਿਹਾ ਖਾਊਂਗੀ ਪਾਣੀ ਆਪਣੇ ਆਪ ਕੋਈ ਭੂਤ ਧੁੱਪ ਚ ਸੁਕਾਉਣੇ ਪੈਂਦੇ ਨੇ ਆਲੂ ਕੱਟ ਕੇ ਕਾਫੀ ਟਾਈਮ ਵਧੀਆ ਬਣਦੇ ਨੇ ਚਲੋ ਆਲੂ ਦਾ ਬਸ ਚੰਗੇ ਆ ਪਰ ਫਰਾਈ ਤੋਂ ਬਿਨਾਂ ਉਬਲੇ ਹੋਏ ਖਾ ਲਿਆ ਕਰੋ ਮੈਨੂੰ ਮੋਟੀ ਕਰਾਈ ਜਾਂਦੇ ਨੇ ਨਹੀਂ ਤਾਂ ਹੋਈ ਪਈਆਂ ਹੋਰ ਇਸ ਤੋਂ ਉੱਪਰ ਹੋਰ ਕੀ ਹੁਣ ਤਾਂ ਟੁੰਟਣੇ ਵਿਆਹ ਦੇ ਹੋ ਗਏ ਫਿਰ ਤੂੰ ਟੁੰਟਣੇ ਬਣੂਗੀ ਟੁੰਟਣੇ ਕੀ ਹੁੰਦੇ ਆ ਟੁੰਟਣ ਹੁੰਦੀ ਸੀਗੀ ਪੰਜਾਬੀ ਫਿਲਮਾਂ ਚ ਆਉਂਦੀ ਹੁੰਦੀ ਸੀਗੀ ਮੋਟੋ ਹੁਣ ਟੁੰਟਣ ਕਹਿ ਦਿੰਦੇ ਸੀ ਮੋਟੋ ਸੀ ਬਹੁਤ ਉਹੀ ਕੰਮ ਮੇਰਾ ਹੋਊਗਾ ਬਹੁਤ ਅਸੀਂ ਛੱਡ ਦਿੱਤੇ ਨਾ ਮੰਮਾ ਸਾਰੀਆਂ ਚੀਜ਼ਾਂ ਖਾਣ ਖੂਣ ਤੋਂ ਵੀ ਆਹ ਨਾ ਵੀ ਨਹੀਂ ਤੁਸੀਂ ਬਦਲ ਲਿਆ ਕਰੋਗੇ ਛੱਡ ਦੋ ਪੈਟੀ ਵੀ ਨੀ ਖਾਣੀ ਖਾਊਗੀ ਜਾਇਆ ਕਰਨਾ ਇੱਕ ਸਾਲ ਆਪਾਂ ਨੇ
ਨਾ ਕਿਸੇ ਪ੍ਰੋਗਰਾਮ 'ਚ ਤੁਸੀਂ ਚਲੇ ਜਾਇਆ ਕਰੋ, ਨਾ ਕਿਸੇ ਪ੍ਰੋਗਰਾਮ 'ਚ ਜਾਣਾ ਹੈ, ਨਾ ਕਿਤੇ ਮੈਂ ਸ਼ਹਿਰ 'ਚ ਜਾਣਾ। ਅਤੇ ਪਾਪਾ ਨੂੰ ਕਹਿ ਦੇਣਾ ਮੈਨੂੰ ਪੈਸੇ ਵੀ ਨਾ ਦਿਆ ਕਰੋ, ਨਾ ਮੇਰੇ ਕੋਲ ਕੋਈ ਪੈਸਾ ਹੋਊਗਾ। ਵੀ ਜੇ ਪੈਸਾ ਹੋਊਗਾ ਫਿਰ ਮੈਂ ਮੰਗਾ ਕੇ ਬਣਾ ਕੇ ਖਾ ਸਕਦੀ ਹਾਂ, ਬਣਾਇਆ ਬਣਾ ਮੰਗਾ ਸਕਦੀ ਹਾਂ ਪਿੰਡ ਤੋਂ। ਪਾਪਾ ਨੂੰ ਕਹਿ ਦੇਣਾ ਨਾ ਮੈਨੂੰ ਕੋਈ ਪੈਸਾ ਦੇ ਇੱਕ ਵੀ, ਅਤੇ ਨਾ ਮੈਨੂੰ ਜੇ ਮੈਂ ਮੰਗਾਵਾਂਗੀ ਵੀ ਮੈਨੂੰ ਲਿਆ ਕੇ ਨਾ ਦਿਓ। ਇੱਕ ਸਾਲ ਮੇਰੇ ਤਾਂ ਪੂਰਾ ਸਟ੍ਰਿਕ ਹੋ ਜਾਓ ਸਾਰੇ ਜਣੇ, ਦੇਖ ਮੈਂ ਦਿਨਾਂ 'ਚ ਪਤਲੀ ਹੁੰਦੀ ਜਿਮ ਵੀ ਘਰ ਚਾਰਾ ਜਿਮ ਵਗੈਰਾ ਜਿਮ ਨਾਲ ਨਹੀਂ ਹੋ ਸਕਦਾ ਇੰਨਾ। ਉਹ ਪਕੌੜੇ ਪਕੌੜੇ ਸਾਰਾ ਕੁਛ ਖਾਂਦੀ ਆ, ਉਹਨੇ ਕੋਈ ਮੈਡੀਸਨ ਲਈ ਹੋਊਗੀ ਜਿਹੜੇ ਹਿਸਾਬ ਨਾਲ ਇੰਨੀ ਪਤਲੀ ਹੋਈ ਆ ਇੱਕਦਮ। ਨਹੀਂ ਸਹਿਜ ਇੰਨਾ ਨਹੀਂ ਹੈ, ਇੰਨੀ ਛੇਤੀ ਨਹੀਂ ਹੋ ਸਕਦਾ ਬੰਦਾ। ਫਿਰ ਤਾਂ ਉਹਨਾਂ ਦੇ ਬੱਚੇ ਵੀ ਨਹੀਂ ਸਾਲ ਦੇ ਹੋਏ, ਘੱਟੋ ਘੱਟ ਸਾਲ ਲੱਗਦਾ ਬੰਦੇ ਨੂੰ ਪਤਲਾ ਹੋਣ ਵਾਸਤੇ। ਇੰਨਾ ਗਾਏ ਸੁੱਕ ਕੇ ਜਮਾਂ ਕਾਂਗੜੀ ਜੀ ਹੋ ਗਈ। ਜਿਵੇਂ 16-17 ਸਾਲ ਦੀ ਕੁੜੀ ਹੁੰਦੀ ਹੈ, 16 ਸਾਲ ਦੀ ਫਿਰ ਚਿੱਟੀ ਲੱਗਦੀ ਹੈ ਦੇਖਣ ਨੂੰ, ਲੱਗਦਾ ਵੀ ਉਹਦੇ ਬੱਚੇ ਨੇ, ਤਿੰਨ ਬੱਚਿਆਂ ਦੀ ਮਾਂ ਦਵਾਈ ਬਾਅਦ ਚਾਹ ਪੀਣ ਦੀ ਕੋਈ ਵੀ ਚੀਜ਼ ਖਾਂਦੇ ਨਾਲ ਦੀ ਨਾਲ ਚਾਹ ਪੀਦੀ ਹੁੰਦੀ ਆ। ਚਲੋ ਜੀ ਹੁਣ ਕਰਦੇ ਹਾਂ ਥੋੜੀ ਜੀ ਰੈਸਟ, ਫੋਨ ਦੇਖਦੇ ਹਾਂ ਥੋੜਾ ਬਹੁਤਾ, ਫਿਰ ਇਹਨਾਂ ਨੇ ਟਿਊਸ਼ਨ ਜਾਣਾ ਪਤਾ ਨਹੀਂ ਕਿੰਨੇ ਵਜੇ ਜਾਣਗੇ। ਚਲੋ ਜੀ ਮਿਲਦੀ ਹਾਂ ਹੁਣ ਤੁਹਾਨੂੰ, ਫਿਰ ਮੈਂ ਹੁਣ ਮੈਂ ਵਿਹਲੀ ਹੋ ਗਈ, ਹੁਣ ਤੁਹਾਨੂੰ ਮਿਲਾਂਗੇ ਸ਼ਾਮ। ਬਸ ਦੇਖੋ ਮੰਮਾ ਮੱਕੀ ਦੀ ਰੋਟੀ ਬਣਾਉਣ ਲੱਗੇ ਹਾਂ। ਇੱਧਰ ਆਪਾਂ ਨੇ ਸਾਗ ਤੜਕ ਲਿਆ, ਇੱਧਰ ਆਪਣਾ ਸਾਗ, ਇੱਧਰ ਮੱਕੀ ਦੀ ਰੋਟੀ। ਤੁਸੀਂ ਤਾਂ ਖਾਣੀ ਆ, ਤੁਸੀਂ ਤਾਂ ਖਾਓਗੇ ਯਾਰ। ਗੁੰਨਣ ਚ ਕਿੰਨਾ ਮੰਮਾ ਸੋਹਣਾ ਹੁੰਦਾ ਨਾ, ਗੁੰਨਣ ਚ ਸੋਹਣਾ ਹੁੰਦਾ, ਉਹਦੀ ਰੋਟੀ ਥੋੜੀ ਜਿਹੀ ਔਖੀ ਬਣਦੀ ਆ। ਇੰਨਾ ਘੱਟਾ ਦਿਓ ਮੈਨੂੰ ਬਾਅਦ ਚ, ਠੀਕ ਹੈ ਨਿੱਕੂ ਜਿਹਾ। ਮੈਨੂੰ ਆਇਆ ਕਰਕੇ ਘੱਟ ਕਰਨਾ ਵਾ, ਆਇਆ ਕਰਕੇ ਹੋ ਗਿਆ ਹੋ ਗਿਆ ਅੱਜ ਤਾਂ ਪੋਲੇ ਪੋਲੇ ਹੱਥਾਂ ਨਾਲ ਬਣਾ ਲੈਣੀ ਨਿੱਕੂ ਜਿਹਾ। ਮੰਮਾ ਜਿਵੇਂ ਮੈਂ ਆਟਾ ਆਪਣੇ ਆਪ ਸਿੱਖਿਆ। ਆ ਦੇਖੋ ਗਾਇਜ਼ ਮੰਮਾ ਪਾਪਾ ਮੈਚ ਲੱਗਣ ਵਾਲਾ ਲੁੱਡੋ ਦਾ, ਉਹਨੂੰ ਸਕਿੱਪ ਕਰ ਦੋ।
ਆਊਗਾ ਹੁਣ ਰੇ ਛੱਡ ਤੋਂ ਪਰੇ ਹੋ ਜਾ ਮੈਂ ਜਿੱਤੂੰਗੀ ਆਏ ਰੱਖ ਪਿੱਛੇ ਨਹੀਂ ਦੇਖਾ ਰੱਖ ਦੀ ਚੱਲ ਆਪਣਾ ਹੋ ਰਿਹਾ ਕਿ ਚੀਜ਼ ਪਾਸੇ ਨੂੰ ਲੋਟ ਕੋਈ ਨਾ ਕੋਈ ਨਾ ਫਿਰ ਪਾਪਾ ਮੈਨੂੰ ਉਹ ਸਾਈਡ ਔਖਾ ਲੱਗਦਾ ਤੂੰ ਬੋਲ ਨਾ ਇਹਨੂੰ ਸਾਈਡ ਇਹਨੂੰ ਸਾਈਡ ਪਾਪਾ ਚਲਾਕ ਬਹੁਤ ਨੇ ਪਾਪਾ ਵਾਲੇ ਚਲਾਕ ਆ ਕੋਈ ਨਾ ਕਿਸੇ ਵੱਲ ਨਾ ਪੈਣੀ ਕਿਸੇ ਮਤ ਕੁਸ ਮਤ ਕੋਈ ਨਹੀਂ ਹੈ ਮੈਨੂੰ ਔਖੀ ਲੱਗਦੀ ਇੱਧਰ ਨੂੰ ਖੇਡਣੀ ਫਿਰ ਤੁਸੀਂ ਕਹਦੇ ਨਹੀਂ ਫੋਨ ਬਦਲਿਆ ਹੈਗਾ ਫਿਰ ਮੈਨੂੰ ਖੇਡਣ ਦਿੰਦਾ ਇੱਧਰਲੀ ਸਾਈਡ ਕਰਕੇ ਖੇਡਦੇ ਹੀ ਆ ਹਾਂ ਬੱਲੇ ਚਾਰ ਤਿੰਨ ਤੋੜ ਲੀਆਂ ਪਾਪਾ ਨੇ ਬਾਬਾ ਜੀ ਪਲੀਜ਼ ਮਰਜ਼ੀ ਦਾ ਇੱਕ ਵੀ ਨੀ ਪੈਣੀ ਗਈ ਵਿੱਚ ਮੈਂ ਖੇਲਣ ਤੇ ਆ ਗਈ ਜੇ ਮੈਂ ਖੇਲਣ ਤੇ ਆ ਗਈ ਤਾਂ ਜੱਟੀ ਮਿੰਟਾਂ ਚ ਜਿੱਤ ਜੂ ਮਿੰਟਾਂ ਚ ਉਹਦਾ ਬਸ ਇੱਕ ਆਪਾ ਜੱਟੀ ਨੇ ਜੇ ਜੱਟੀ ਆਪਣੀ ਆਈ ਤੇ ਆ ਗਈ ਨਾ ਫਿਰ ਮਿੰਟਾਂ ਸਕਿੰਟਾਂ ਚ ਜਿੱਤ ਜੂਗੀ ਪਰ ਮੈਂ ਚੱਲ ਕੋਈ ਨਾ ਜੀ ਹੁਣ ਟਾਈਮ ਬਹੁਤ ਹੋ ਗਿਆ ਮੈਨੂੰ ਖੇਡੇ ਨੂੰ ਥੋੜਾ ਕਰਕੇ ਨੀ ਖੇਡ ਹੋਇਆ ਤੇ ਦੁੱਧ ਚੱਕ ਲਓ ਬਈ ਆਪਣਾ ਚਲੋ ਜੀ ਜੇ ਤੁਹਾਨੂੰ ਇਹ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਸੀਂ ਬਿਲਕੁਲ ਵੀ ਤਿੰਨ ਵੀਡੀਓਸ ਨੂੰ ਹੁਣ ਬਿਲਕੁਲ ਵੀ ਪਿਆਰ ਨਹੀਂ ਦਿੱਤਾ ਹੈਗਾ ਪਲੀਜ਼ ਜ਼ਿਆਦਾ ਤੋਂ ਜ਼ਿਆਦਾ ਪਿਆਰ ਦਿਆ ਕਰੋ ਵੀਡੀਓਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਅਤੇ ਮਿਲਾਂਗੇ ਜੀ ਆਪਾਂ ਕੱਲ੍ਹ ਨੂੰ ਸ਼ਿਵਰਾਤਰੀ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਕੱਲ੍ਹ ਨੂੰ ਜੀ ਆਪਾਂ ਫਿਰ ਮਿਲਦੇ ਹਾਂ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ।